ਤਾਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਮੈਂ ਲਕਸ਼ਿਆ ਨਾਂ। ਇਸ ਵੇਲੇ ਦੀ ਵੱਡੀ ਖਬਰ ਇੱਕ ਰਿਹਾਇਸ਼ੀ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਚੀਤਾ ਵੜ ਗਿਆ। ਜੀ ਹਾਂ, ਆਦਮਖੋਰ ਚੀਤਾ ਇਸ ਨਿੱਜੀ ਇਲਾਕੇ ਦੇ ਵਿੱਚ ਵੜ ਜਾਂਦਾ, ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਵੜ ਜਾਂਦਾ ਹੈ, ਜਿਸ ਤੋਂ ਬਾਅਦ ਲੋਕਾਂ ਦੇ ਸਾਹ ਸੁੱਕੇ ਹੋਏ ਸੀ। ਲੋਕਾਂ ਨੇ ਆਪਣੇ ਘਰਾਂ ਦੀਆਂ ਕੁੰਡੀਆਂ ਲਾ ਲਈਆਂ, ਮੁੰਟੀਆਂ ਦੇ ਦਰਵਾਜ਼ੇ ਬੰਦ ਕਰ ਲਏ, ਕਿਉਂਕਿ ਪੂਰੇ ਇਲਾਕੇ ਦੇ ਵਿੱਚ ਇਹ ਗੱਲ ਫੈਲ ਗਈ ਕਿ ਇਲਾਕੇ ਦੇ ਅੰਦਰ ਇੱਕ ਖੂੰਖਾਰ ਚੀਤਾ ਵੜ ਗਿਆ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਹ ਚੀਤਾ ਕਈ ਭੇਡਾਂ 'ਤੇ ਵਾਰ ਕਰ ਚੁੱਕਾ ਹੈ, ਭੇਡਾਂ ਮਾਰ ਚੁੱਕਾ ਹੈ ਕਿਸਾਨਾਂ ਦੀ, ਜਿਸ ਤੋਂ ਬਾਅਦ ਲਗਾਤਾਰ ਪੂਰੇ ਇਲਾਕੇ ਦੇ ਵਿੱਚ ਖੌਫ ਫੈਲਿਆ ਹੋਇਆ ਸੀ। ਅਤੇ ਅੱਜ ਫਿਰ ਇਹ ਚੀਤਾ ਦਿਖਿਆ, ਜਿਸ ਤੋਂ ਬਾਅਦ ਗਲੀ ਮੁਹੱਲੇ ਦੇ ਜਿਹੜੇ ਕੁੱਤੇ ਨੇ ਉਹ ਭੌਂਕਣ ਲੱਗ ਪਏ। ਉਹਨਾਂ ਦੇ ਭੌਂਕਣ ਕਰਕੇ ਲੋਕਾਂ ਨੂੰ ਪਤਾ ਚੱਲਿਆ ਕਿ ਇਲਾਕੇ ਦੇ ਵਿੱਚ ਫਿਰ ਚੀਤਾ ਵੜ ਗਿਆ ਹੈ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ। ਜੰਗਲਾਤ ਵਿਭਾਗ ਦੀ ਟੀਮ ਨੇ ਇਸ ਦੇ ਡਾਟ ਮਾਰਿਆ, ਇੱਕ ਡਾਟ ਯਾਨੀ ਕਿ ਇੰਜੈਕਸ਼ਨ ਮਾਰ ਕੇ ਇਸ ਨੂੰ ਬੇਹੋਸ਼ ਕੀਤਾ ਗਿਆ। ਫਿਰ ਬਾਅਦ ਦੇ ਵਿੱਚ ਇਸ ਨੂੰ ਗੋਦ ਦੇ ਵਿੱਚ ਜੰਗਲਾਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਚੁੱਕ ਕੇ ਲਿਆਉਂਦੇ ਨੇ, ਜਿਸ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੂਰਾ ਇਲਾਕਾ ਜਿਹੜਾ ਇਹ ਲੋਕ ਨੇ ਉਹਨਾਂ ਨੇ ਸੁੱਖ ਦਾ ਸਾਹ ਲਿਆ ਹੈ, ਘਰਾਂ ਤੋਂ ਬਾਹਰ ਨਿਕਲ ਕੇ ਇਸ ਖੂੰਖਾਰ ਚੀਤੇ ਨੂੰ ਦੇਖ ਰਹੇ ਨੇ। ਤਾਂ ਬੜੀ ਹੀ ਆਸਾਨੀ ਦੇ ਨਾਲ ਜੰਗਲਾਤ ਵਿਭਾਗ ਨੇ ਇਸ ਚੀਤੇ 'ਤੇ ਕਾਬੂ ਪਾ ਲਿਆ, ਪਰ ਇਸ ਇਲਾਕੇ ਦੇ ਜਿਹੜੇ ਲੋਕ ਸਨ ਉਹ ਕਈ ਦਿਨਾਂ ਤੋਂ ਪਰੇਸ਼ਾਨ ਸਨ। ਤਾਂ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਜੰਗਲੀ ਜਾਨਵਰ ਆ ਜਾਂਦਾ ਹੈ ਤਾਂ ਜੰਗਲਾਤ ਵਿਭਾਗ ਨੂੰ, ਪੁਲਿਸ ਨੂੰ ਜ਼ਰੂਰ ਸੂਚਿਤ ਕਰੋ, ਕਿਉਂਕਿ ਉਹਨਾਂ ਦਾ ਰੋਜ਼ ਦਾ ਕੰਮ ਹੈ ਇਹ। ਉਹਨਾਂ ਨੇ 4 ਘੰਟੇ ਲਗਾਏ ਆ। ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਤੁਹਾਨੂੰ, ਇਸ ਦੇ ਵਿੱਚ ਜੰਗਲਾਤ ਵਿਭਾਗ ਨੂੰ ਇਸ ਚੀਤੇ ਨੂੰ ਫੜਨ ਲਈ ਦਰਅਸਲ 5 ਘੰਟੇ ਲੱਗੇ ਨੇ। ਬੇਸ਼ੱਕ 5 ਘੰਟੇ ਲੱਗੇ ਨੇ, ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਨਾ ਹੀ ਕਿਸੇ ਨੂੰ ਸੱਟਾਂ ਲੱਗੀਆਂ ਨੇ। ਉਹਨਾਂ 5 ਘੰਟਿਆਂ ਦੇ ਵਿੱਚ ਚੀਤਾ ਜ਼ਰੂਰ ਜ਼ਖਮੀ ਹੋਇਆ ਹੈ, ਕਿਉਂਕਿ ਚੀਤਾ ਡਰ ਕੇ, ਜਿਵੇਂ ਕਿ ਲੋਕਾਂ ਨੂੰ ਲੱਗਦਾ ਹੈ ਕਿ ਜਾਨਵਰ ਤੋਂ ਤੁਸੀਂ ਡਰਦੇ ਹੋ, ਤੁਸੀਂ ਘਬਰਾ ਜਾਂਦੇ ਹੋ, ਪਰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜਿੰਨਾ ਤੁਸੀਂ ਜਾਨਵਰ ਨੂੰ ਦੇਖ ਕੇ ਘਬਰਾਉਂਦੇ ਹੋ, ਉਹਨਾਂ ਜਾਨਵਰ ਵੀ ਤੁਹਾਨੂੰ ਦੇਖ ਕੇ ਘਬਰਾ ਜਾਂਦਾ ਹੈ। ਤਾਂ ਲੋਕਾਂ ਦੀ ਭੀੜ ਦੇਖ ਕੇ, ਜਦ ਜੰਗਲਾਤ ਵਿਭਾਗ ਦੀ ਟੀਮ ਆਉਂਦੀ ਹੈ, ਪੂਰੇ ਇਲਾਕੇ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ, ਆਪਣੀ ਛੱਤਾਂ 'ਤੇ ਚੜ੍ਹ ਜਾਂਦੇ ਨੇ, ਦੇਖਦੇ ਨੇ ਕਿ ਜੰਗਲਾਤ ਵਿਭਾਗ ਇਸ ਚੀਤੇ ਨੂੰ ਕਿਵੇਂ ਕਾਬੂ ਕਰਦਾ ਹੈ। ਤਾਂ ਭੀੜ ਦੇਖ ਕੇ ਚੀਤਾ ਘਬਰਾ ਜਾਂਦਾ ਹੈ, ਉਹ ਇੱਧਰ ਉੱਧਰ ਭੱਜਦਾ ਹੈ, ਦੀਵਾਰਾਂ ਤੋਂ ਛਾਲਾਂ ਮਾਰਦਾ ਹੈ, ਜਿਸ ਕਰਕੇ ਚੀਤਾ ਵੀ ਜ਼ਖਮੀ ਹੋਇਆ। ਬਾਅਦ ਦੇ ਵਿੱਚ ਉਸਨੂੰ 5 ਘੰਟਿਆਂ ਦੇ ਰੈਸਕਿਊ ਓਪਰੇਸ਼ਨ ਬਾਅਦ ਜਿਹੜਾ ਹੈ ਫੜ ਲਿਆ ਗਿਆ, ਉਸਨੂੰ ਜੰਗਲੇ ਦੇ ਵਿੱਚ ਪਾ ਕੇ ਉਸਨੂੰ ਹੁਣ ਜੰਗਲਾਂ ਦੇ ਵਿੱਚ ਛੱਡ ਦਿੱਤਾ ਜਾਵੇ। ਤਾਂ ਤਸਵੀਰਾਂ ਉੜੀਸਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਹ ਚੀਤੇ ਨੂੰ ਕਾਬੂ ਕੀਤਾ ਹੈ ਜੰਗਲਾਤ ਵਿਭਾਗ ਦੀ ਟੀਮ ਨੇ। ਬਾਰੀਪਾਡਾ ਸ਼ਹਿਰ ਜਿੱਥੇ ਰਾਹਤ ਭਰੀ ਖਬਰ ਆਈ ਹੈ, ਕਈ ਦਿਨਾਂ ਤੋਂ ਇਸ ਚੀਤੇ ਨੇ ਲੋਕਾਂ ਦੀ ਨੱਕ 'ਚ ਦਮ ਕੀਤਾ ਹੋਇਆ ਸੀ, ਜਿਸ ਨੂੰ ਹੁਣ ਫੜ ਲਿਆ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਉੜੀਸਾ ਤੋਂ ਸਾਹਮਣੇ ਆ ਰਹੀਆਂ ਨੇ।